ਕੇਵਲ ਸਿੰਘ ਚੱਕ ਵਾਲੇ ਕੇਵਲ ਜੀ ਕੀ ਹੋਇਆ ਪੂਰੀ ਘਟਨਾ ਬਾਰੇ ਵਿਸਤਾਰ ਨਾਲ ਦੱਸੋ। ਉੱਥੇ ਸਾਡੀ ਇੱਕ ਪਾਰਟੀ ਦੀ ਸੰਗਠਨ ਦੀ ਮੀਟਿੰਗ ਚੱਲਦੀ ਸੀ ਮਸਾਰ ਭਾਜੀ ਹਲਕਾ ਅਮਰਗੜ੍ਹ ਐਮਐਲ ਸਾਹਿਬ ਦੇ ਦਫ਼ਤਰ ਤੇ ਉੱਥੋਂ ਏਡੀ ਵਾਲੇ ਕੁਝ ਬੰਦੇ ਆਇਆ ਤੇ ਇਹਨਾਂ ਕੋਲ ਨੋਟਿਸ ਸੀਗਾ ਪੁੱਛ ਕਿਸ ਲਈ ਤੇ ਉਹਦੇ ਬਾਰੇ ਐਮਐਲ ਸਾਹਿਬ ਨਾਲ ਗੱਲ ਹੋਈ ਤਾਂ ਉੱਥੋਂ ਬੜੇ ਆਰਾਮ ਨਾਲ ਰਾਜੂ ਅਸੀਂ ਸਾਰੀ ਤਿੰਨ ਚਾਰ ਜਣੇ ਪਾਰਟੀ ਵਾਲੇ ਸਾਡੇ ਬਲੌਕਰਾਂ ਨਾਲ ਨਫੈਸ ਵੀ ਨਾਰੀ ਕੇ ਤੇ ਦੋ ਤਿੰਨ ਹੋਰ ਬੰਦੇ ਅਸੀਂ ਬਸ ਇੱਥੇ ਆ। ਕਿਹੜੇ ਐਮਐਲਏ ਸੀਗੇ? ਉਹ ਹਲਕਾ ਅਮਰਗੜ੍ਹ ਤੋਂ ਸਰਦਾਰ ਜਸਵੰਤ ਸਿੰਘ ਜੱਜਣ ਆ ਰਹੇ। ਕੋਈ ਦੱਸਿਆ ਉੱਥੇ ਕਿਸ ਮਾਮਲੇ ਚੱਕਣ ਆਇਆ? ਕੋਈ ਪੁਰਾਣਾ ਕੇਸ ਸੀਗਾ 10-15 ਸਾਲ ਪੁਰਾਣਾ, ਉਹਦੇ ਵਿੱਚ ਕੋਈ ਪੁੱਛ ਕਿਸ ਲਈ ਤੁਸੀਂ ਮੌਕੇ ਤੇ ਮੌਜੂਦ ਸੀਗੇ ਉੱਥੇ? ਮੈਂ ਉੱਥੇ ਸੀਗਾ, ਮੌਕੇ ਤੇ ਸੀਗਾ। ਤੇ ਮੀਟਿੰਗ ਕਿਸ ਪਰਪਸ ਨੂੰ ਲੈ ਕੇ ਹੋ ਰਹੀ ਸੀ ਤੁਹਾਡੀ? ਅੱਜ ਸੰਗਠਨ ਦੀ ਮੀਟਿੰਗ ਸੀਗੀ ਲੋਕਾਂ ਦਾ। ਹਾਂ, ਉਹਦੇ ਰੇਟ ਵੀ ਪਈ ਸੀਗਾ ਈਡੀ ਦੇ ਸਤੰਬਰ ਦੇ ਵਿੱਚ ਮੇਰੇ ਖਿਆਲ ਪਿਛਲੇ ਮਹੀਨੇ 30 ਲੱਖ ਰੁਪਏ ਮੇਰੇ ਖਿਆਲ ਨਹੀਂ, ਇਸ ਤਕਰੀਬਨ 7-8 ਮਹੀਨੇ ਤੱਕ ਪਹਿਲਾਂ ਤਾਂ ਕੋਈ ਰੇਟ ਨਹੀਂ ਪਈ, ਪਿਛਲੇ ਸਾਲ ਪਈ ਸੀ ਇੱਕ ਰੇਟ ਤੇ ਉਹਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ। ਬਾਈ ਜੀ ਜਾਣਕਾਰੀ ਮਿਲਦੀ ਹੈ ਕਿ 10 ਦਿਨ ਪਹਿਲਾਂ ਸਮਨ ਕੀਤਾ ਗਿਆ ਸੀ ਇਹਨਾਂ ਦੇ ਵੱਲੋਂ ਆਇਆ ਨਹੀਂ ਗਿਆ ਤੇ ਈਡੀ ਹੁਣ ਦੁਬਾਰਾ ਤਾਂ ਕਰਕੇ ਛੱਪ ਮਾਰੀ ਨਹੀਂ, ਮੈਨੂੰ ਪਤਾ ਨਹੀਂ। ਮੇਰੇ ਜਿਹੜੇ ਇੰਚਾਰਜ ਆ ਜੀਪੀ ਸਾਹਿਬ ਉਹਨਾਂ ਨਾਲ ਗੱਲ ਹੋਈ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਪਾਰਟੀ ਵੱਲੋਂ ਵੀ ਐਮਐਲਏ ਸਾਹਿਬ, ਉਹ ਕਹਿੰਦੇ ਜੀ ਅਸੀਂ ਇੱਕ ਸਿੰਪਲੀ ਨੋਟਿਸ ਆ ਤੇ ਉਹਦੇ ਪੁੱਛ ਕਿਸ ਲਈ ਲੈ ਕੇ ਜਾ। ਜੇਕਰ ਤੁਹਾਨੂੰ ਗੱਲ ਕੀਤਾ ਜਾਂਦਾ ਤੇ ਪਾਰਟੀ ਦਾ ਕੀ ਅਗਲਾ ਰਣਨੀਤੀ ਕੀ ਰਹੂਗੀ? ਉਹ ਅੱਗੇ ਵਾਲਾ ਜੋ ਪਾਰਟੀ ਦਾ ਜਿਸ ਤਰ੍ਹਾਂ ਦਾ ਗੱਲ ਹੋਈ ਕਿੰਨਾ ਚਿਰ ਹੋ ਗਿਆ ਉੱਪਰ ਲੈ ਕੇ ਜਾ? ਇੱਕ ਘੰਟਾ ਹੋ ਗਿਆ। ਇੱਕ ਘੰਟਾ ਠੀਕ ਹੈ ਜੀ, ਥੈਂਕ ਯੂ।